ਸੇਵ ਕਰਤੀ ਬਸ ਠੀਕ ਹੈ ਹੁਣ ਤੂੰ ਆ ਜੀ ਆਉਣ ਜੀ ਅਸਲਾਮ ਵਾਲੇਕੁਮ ਨਾਜ਼ਰੀਨ ਆਜ ਇੱਕ ਬੜੀ ਖਬਰ ਕੇ ਸਾਥ ਮੈਂ ਆਪਕੀ ਖਿਦਮਤ ਮੈਂ ਹਾਜ਼ਰ ਹੂੰ ਇੱਕ ਘੋੜੀ ਹੈ ਬਹੁਤ ਹੀ ਪਿਆਰੀ ਬੇਗ ਸਾਹਿਬ ਕੇ ਸਟੱਡ ਪੇ ਉਹ ਖੜੀ ਹੋਈ ਹੈ ਔਰ ਘੋੜੀ ਮੇਰੇ ਸਾਹਮਣੇ ਬਿਲਕੁਲ ਔਰ ਇਹ ਘੋੜੀ ਆਪ ਦੇਖ ਸਕਤੇ ਹੈ ਇਸਕਾ ਬੱਚਾ ਵੀ ਆਪ ਦੇਖ ਸਕਤੇ ਹੈ ਸਾਤ ਦਿਨ ਕਾ ਯੇ ਬੱਚਾ ਸਾਤ ਆਠ ਦਿਨ ਕਾ ਇਸਕਾ ਜੋ ਉਮਰ ਹੈ ਔਰ ਇਸਕਾ ਜੋ ਬਾਪ ਹੈ ਵੋ ਟੀਬੋ ਹੈ ਟੀਬੋ ਇੰਗਲਿਸ਼ ਘੋੜਾ ਹੈ ਜੋ ਕਿ ਬੇਗ ਸਾਹਿਬ ਨੇ ਆਪਣੇ ਸਟੱਡ ਪੇ ਰੱਖਾ ਹੁਆ ਹੈ ਔਰ ਬਹੁਤ ਹੀ ਅੱਛਾ ਘੋੜਾ ਹੈ ਜਿਸਕੇ ਯਾਨੀ ਕਿ ਇਹ ਸਮਝ ਲੇ ਕਿ ਬੇਗ ਸਾਹਿਬ ਕਾ ਜੋ ਗੁਲਸ਼ਨ ਹੈ ਉਸਕਾ ਇੱਕ ਫੂਲ ਹੈ ਜੋ ਕਿ ਫੂਲ ਕਾ ਯੇ ਆਗੇ ਇੱਕ ਫੂਲ ਹੈ ਤੋ ਜੀ ਇਹ ਇਸਕਾ ਡਿਮਾਂਡ ਜੋ ਹੈ ਬੇਗ ਸਾਹਿਬ ਇਸਕੇ ਪੈਸੇ ਮੰਗਤੇ ਹੈ ਆਪਕੇ ਜ਼ਿਹਨ ਮੇਂ ਜਾਏਗਾ ਕਿ ਜੀ ਬੇਗ ਸਾਹਿਬ ਇਸਕੇ ਕਿਤਨੇ ਪੈਸੇ ਮੰਗਤੇ ਹੈ ਜੀ ਉਨਕੀ ਡਿਮਾਂਡ ਹੈ ਭਾਈ ਮੈਂ ਤੁਹਾਨੂੰ ਕੁਛ ਨਹੀਂ ਕਹਿੰਦਾ ਜੀ ਉਹਦੀ ਡਿਮਾਂਡ ਹੈ ਜੀ ਤਕਰੀਬਨ 6 ਤੋਂ 7 ਲੱਖ ਰੁਪਇਆ ਉਹਨਾਂ ਦੀ ਡਿਮਾਂਡ ਹੈ ਮਗਰ ਇਹ ਹੈਗਾ ਕਿ ਪਿਆਰ ਮੁਹੱਬਤ ਹੋ ਜਾਏਗਾ ਇਹ ਮਾਸ਼ਾਅੱਲਾ ਬੱਚਾ ਜੇ ਬਹੁਤ ਪਿਆਰਾ ਬੱਚਾ ਹੈਗਾ ਜੀ ਅਤੇ ਇਹ ਨਸਲ ਵਾਲਾ ਬੱਚਾ ਉਹ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਪਤਾ ਨਹੀਂ ਇਹ ਕਿਹੜੇ ਘੋੜੇ ਦਾ ਹੈ ਤੂੰ ਬੰਦੇ ਕਹਿੰਦੇ ਨੇ ਭਾਅ ਜੀ ਪਤਾ ਨਹੀਂ ਕਿਹੜੇ ਘੋੜਾ ਤੁਸੀਂ ਪਵਾ ਦਿੱਤਾ ਜੇ ਕਹਿੰਦਾ ਬੱਚਾ ਜੇ ਇਹਦਾ ਪਿਓ ਦਾ ਵੀ ਪਤਾ ਇਹਦੀ ਮਾਂ ਕੋਲੇ ਖੜੀ ਹੈ ਉਹਦਾ ਤਾਂ ਤੁਹਾਨੂੰ ਦੱਸਣਾ ਮੈਂ ਕੀ ਹੈ ਪਿਓ ਦਾ ਤੁਹਾਨੂੰ ਦੱਸ ਦੇਣਾ ਕਿ ਟਿੰਬੋ ਇਹ ਬੱਚਾ ਟਿੰਬੋ ਇਹਦਾ ਪਿਓ ਹੈਗਾ ਜੇ ਉਹਦਾ ਬੱਚਾ ਜੇ ਅਤੇ ਡਿਮਾਂਡ ਇੰਨੀ ਹੈਗੀ ਜੇ ਅਤੇ ਨੰਬਰ ਤੁਹਾਨੂੰ ਮੈਂ ਮਾਲਕਾਂ ਦਾ ਜ਼ਰਾ ਸ਼ੇਅਰ ਕਰਨਾ ਅਗਰ ਤੁਸੀਂ ਖੁਆਇਸ਼ ਮੰਨ ਲਏ ਜੇ ਲੈਣ ਦੇ ਅਤੇ ਤੁਸੀਂ ਮਾਲਕਾਂ ਨਾਲ ਖੁਦ ਗੱਲ ਕਰ ਸਕਦੇ ਜੇ ਪਿਆਰ ਮੁਹੱਬਤ ਹੋਰ ਹੋ ਜਾਏਗਾ ਅਤੇ ਲਓ ਜੀ ਨੰਬਰ ਜ਼ਰਾ ਸ਼ੇਅਰ ਮੈਂ ਤੁਹਾਡੇ ਨਾਲ ਕਰ ਰਿਹਾ ਜੇ 0305 ਲਿਖੋ ਜ਼ਰਾ ਅਤੇ ਇਹਨਾਂ ਕਿਹਾ ਜੇ ਕਾਫੀ ਪਰਸਨ ਕੋਲ ਨਹੀਂ ਹੈਗੀ ਅਤੇ ਜੀ ਮੈਨੂੰ ਲਿਖਣਾ ਨਹੀਂ ਆਉਂਦਾ ਅਤੇ ਵਾਰ ਵਾਰ ਤੁਸੀਂ ਮੈਨੂੰ ਕਮੈਂਟ ਕਰਦੇ ਜੇ ਜੀ ਸਾਨੂੰ ਨੰਬਰ ਦੱਸੋ ਜੀ ਨੰਬਰ ਦੱਸੋ ਨੰਬਰ ਇੱਕ ਵਾਰੀ 0305 ਜੀ 4592814 ਲਓ ਜੀ ਦੁਬਾਰਾ ਫਿਰ ਤੁਹਾਨੂੰ ਮੈਂ ਨੰਬਰ ਲਿਖਦਾ ਪਿਆ ਜੇ ਟੀਂਗੋ ਦੇ ਬੱਚੇ ਵਾਸਤੇ ਜੀ ਇਹ ਜੀ 0305 4592814 ਲਓ ਜੀ ਇਹ ਮਾਲਕਾਂ ਦਾ ਨੰਬਰ ਹੈਗਾ ਜੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਜੇ ਅਤੇ ਵੀਡੀਓ ਅੱਛੀ ਲੱਗੀ ਹੋਵੇ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕੀਜੀਏਗਾ ਔਰ ਕਮੈਂਟ ਮੈਂ ਆਪਣੇ ਮੁਝੇ ਬਤਾਨਾ ਹੈ ਕਿ ਇਹ ਬੱਚਾ ਔਰ ਘੋੜੀ ਕਿਆ ਇਤਨੇ ਕੀ ਹੈ ਔਰ ਇਤਨੇ ਕੀ ਅਗਰ ਆਪਕੋ ਸਮਝ ਆਤੀ ਹੈ ਕਿਉਂਕਿ ਮੈਨੇ ਤੋਂ ਦੇਖਾ ਕਿ ਇਸਕੀ ਨਸਲ ਕਿਆ ਹੈ ਇਸਕਾ ਬਾਪ ਵੀ ਮੈਨੇ ਦੇਖਾ ਹੈ ਤੋ ਅਗਰ ਆਪ ਲੈਣਾ ਚਾਹਤੀ ਹੈ ਖੁਆਇਸ਼ਮੰਦ ਹੈ ਤੋ ਆਪ ਮਾਲਕੋ ਸੇ ਬਾਤ ਕਰ ਸਕਤੇ ਹੈ ਵੀਡੀਓ ਅੱਛੀ ਲੱਗੀ ਹੋ ਤਾਂ ਲਾਈਕ ਔਰ ਸ਼ੇਅਰ ਜ਼ਰੂਰ ਕੀਜੀਏਗਾ ਔਰ ਇਸ ਤਰ੍ਹਾਂ ਕੀ ਵੀਡੀਓ ਆਪਕੇ ਲਈ ਮੈਂ ਇਨਸ਼ਾਅੱਲਾ ਲਾਤਾ ਰਹੂੰਗਾ ਇਜਾਜ਼ਤ ਚਾਹਤਾ ਹੂੰ ਜੀ ਫੀ